ਅਮਰੀਕਾ ਦੇ ਲੋਕ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਲੋਕਡਾਊਨ ਕਾਰਨ ਸੜਕਾਂ 'ਤੇ ਹਨ। ਹਾਲਾਂਕਿ ਸਰਕਾਰ ਹੁਣ ਕੁਝ ਸੂਬਿਆਂ ਵਿੱਚ ਢਿੱਲ ਦੇਣ ਦੀ ਤਿਆਰੀ ਕਰ ਰਹੀ ਹੈ। ਕੋਰੋਨਾ ਵਾਇਰਸ ਕਾਰਨ ਹੁਣ ਤੱਕ ਅਮਰੀਕਾ ਵਿੱਚ 50,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੱਖ ਲੋਕ ਇਸ ਤੋਂ ਪੀੜਤ ਹਨ। ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਵੱਲੋਂ ਲੋਕਾਂ ਨੂੰ ਘਰ ਰਹਿਣ ਲਈ ਹੁਕਮ ਦਿੱਤਾ ਗਿਆ, ਜਿਸ ਦਾ ਲੋਕਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕਾਰੋਬਾਰ ਬੰਦ ਕਰਕੇ ਸਰਕਾਰ ਨਾਗਰਿਕਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। I want them to slowly and safely open Texas back up, not just go back to normal right away. You know, there has to be safety precautions that are in place. So that's why I'm out here, so that way we can safely start opening Texas back up. I mean, you know, I go to people's homes. It doesn't scare me because I take safety precautions that I've been taught since before I was even a nurse. You know, I mean, if you take safety precautions, wash your hands, ਕੁਝ ਲੋਕ ਬੰਦੂਕਾਂ ਲੈ ਕੇ ਵੀ ਸੜਕਾਂ 'ਤੇ ਉਤਰੇ। ਗਨ ਰਾਈਟਸ ਗਰੁੱਪ ਯਾਨੀ ਕਿ ਬੰਦੂਕ ਸੱਭਿਆਚਾਰ ਦੀ ਹਿਮਾਇਤ ਕਰਨ ਵਾਲੇ ਵੀ ਇਸ ਵਿੱਚ ਸ਼ਾਮਲ ਹੋਏ, ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨਾਗਰਿਕਾਂ ਦੀ ਆਜ਼ਾਦੀ ਖੋ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਅਰਥਚਾਰੇ ਦਾ ਲੰਬੇ ਸਮੇਂ ਲਈ ਨੁਕਸਾਨ ਹੋ ਜਾਵੇਗਾ। ਇਹਨਾਂ ਪ੍ਰਦਰਸ਼ਨਾਂ ਪਿੱਛੇ ਵੱਡੀ ਗਿਣਤੀ ਵਿੱਚ ਕੰਜ਼ਰਵੇਟਿਵ, ਪ੍ਰੋ ਟਰੰਪ ਅਤੇ ਪ੍ਰੋ ਗਨ ਐਕਟੀਵਿਸਟ ਹਨ। ਪ੍ਰਦਰਸ਼ਨਾਂ ਵਿੱਚ ਲੋਕ ਪ੍ਰੋ ਟਰੰਪ ਬੈਨਰਾਂ ਅਤੇ ਟੀ ਸ਼ਰਟਾਂ ਦੇ ਨਾਲ ਹਿੱਸਾ ਲੈ ਰਹੇ ਹਨ। ਜ਼ੁਲਮ ਵਿਰੋਧ ਆਜ਼ਾਦੀ ਦੀ ਮੰਗ ਕਰਨ ਵਾਲੇ ਸੰਕੇਤ ਵੀ ਇਹਨਾਂ ਪ੍ਰਦਰਸ਼ਨਾਂ ਦਾ ਮੁੱਖ ਹਿੱਸਾ ਹਨ। ਇਹਨਾਂ ਪ੍ਰਦਰਸ਼ਨਾਂ ਵਿੱਚ ਜਿਹੜਾ ਮੁੱਖ ਨਾਰਾ ਚੱਲ ਰਿਹਾ ਹੈ ਉਹ ਇਹ ਹੈ ਕਿ ਜਾਂ ਤਾਂ ਮੈਨੂੰ ਆਜ਼ਾਦੀ ਦਿਓ ਜਾਂ ਫਿਰ ਮੌਤ। ਪ੍ਰਦਰਸ਼ਨਾਂ ਵਿੱਚ ਸਾਰੀਆਂ ਸੰਸਥਾਵਾਂ ਹੀ ਸ਼ਾਮਲ ਨਹੀਂ, ਕੁਝ ਆਮ ਲੋਕ ਵੀ ਹਨ ਜਿਹੜੇ ਲੋਕਡਾਊਨ ਤੋਂ ਤੰਗ ਆਉਣ ਦਾ ਹਵਾਲਾ ਦੇ ਰਹੇ ਹਨ। ਰਾਸ਼ਟਰਪਤੀ ਡੋਨਲਡ ਟਰੰਪ ਅਤੇ ਵਾਈਟ ਹਾਊਸ ਨੇ ਇਹਨਾਂ ਪ੍ਰਦਰਸ਼ਨਾਂ ਦੀ ਨਿੰਦਾ ਕੀਤੀ ਹੈ। ਟਰੰਪ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਕੁਝ ਗਵਰਨਰ ਜ਼ਿਆਦਾ ਭਾਵਨਾਤਮਕ ਹੋ ਗਏ ਨੇ। ਬਹੁਤੇ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਕਿ ਕੀ ਕਰਨਾ ਚਾਹੀਦਾ। ਹਾਲਾਂਕਿ ਉਹਨਾਂ ਨੇ ਵੀ ਲੋਕਡਾਊਨ ਵਿੱਚ ਢਿੱਲ ਦੇਣ ਦੀ ਗੱਲ ਨੂੰ ਹੁੰਗਾਰਾ ਦਿੱਤਾ। ਜਰਮਨੀ ਦੀ ਪੁਲਿਸ ਨੇ ਬਰਲਿਨ ਵਿੱਚ ਦਰਜਨਾਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ। ਇਹ ਪ੍ਰਦਰਸ਼ਨਕਾਰੀ ਲੋਕਡਾਊਨ ਖਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਕਰੀਬ 1,000 ਲੋਕ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਇਸ ਵਿਰੋਧ ਵਿੱਚ ਜ਼ਿਆਦਾਤਰ ਖੱਬੇ ਪੱਖੀ ਕਾਰਕੁਨ ਹਿੱਸਾ ਲੈ ਰਹੇ ਹਨ, ਪਰ ਸੱਜੇ ਪੱਖੀ ਸਮਰਥਕ ਅਤੇ ਹੋਰ ਸਮੂਹ ਵੀ ਇਸ ਵਿੱਚ ਸ਼ਾਮਲ ਹਨ।